ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਫਿਰ ਤੁਹਾਡੇ ਵਾਸਤੇ ਲਾਈਵ ਹੋਇਆ ਲੇਟੈਸਟ ਕਲੈਕਸ਼ਨ ਦੇ ਨਾਲ, ਜਿਹਦੇ 'ਚ ਅਸੀਂ ਤੁਹਾਨੂੰ ਦਿਖਾਵਾਂਗੇ ਸੈਮੀ ਸਟਿਚ ਅਤੇ ਰੈਡੀਮੇਡ ਪੀਸ ਦਿਖਾਵਾਂਗੇ, ਬਿਲਕੁਲ ਨਵੇਂ ਕੋਨਸੈਪਟ ਨੇ। ਸਾਡੀ ਕੋਸ਼ਿਸ਼ ਹੁੰਦੀ ਕਿ ਜੋ ਅਸੀਂ ਮਾਲ ਨਵਾਂ ਖੋਲ੍ਹਦੇ ਹਾਂ, ਨਵੇਂ ਪਾਰਸਲ ਖੋਲ੍ਹਦੇ ਹਾਂ, ਅਸੀਂ ਉਹਦੇ 'ਚ ਤਕਰੀਬਨ 20-25 ਪੀਸ ਸੈਮੀ ਸਟਿਚ ਹੋਣ ਜਾਂ ਰੈਡੀਮੇਡ ਹੋਣ ਜਾਂ ਅਨਸਟਿਚ ਹੋਣ ਜਾਂ ਕੁਝ ਵਿੰਟਰ ਸੈਕਸ਼ਨ ਦੇ ਹੋਣ, ਉਹ ਤਕਰੀਬਨ ਪਹਿਲਾਂ 20-25 ਪੀਸ ਵੀਡੀਓ ਵਾਸਤੇ ਕੱਢ ਲੈਣਾ, ਤਾਂ ਕਿ ਜਿਹੜਾ ਕਸਟਮਰ ਨਹੀਂ ਪਹੁੰਚ ਰਿਹਾ ਇੱਥੇ ਦੁਕਾਨ 'ਤੇ, ਨਹੀਂ ਪਹੁੰਚ ਰਿਹਾ ਜਾਂ ਇੰਡੀਆ ਨਹੀਂ ਆ ਰਿਹਾ ਜਾਂ ਪੰਜਾਬ 'ਚ ਨਹੀਂ ਆ ਰਿਹਾ, ਤਾਂ ਕਿ ਉਹ ਘਰ ਬੈਠ ਕੇ ਜੋ ਜੋ ਲੇਟੈਸਟ ਸਾਡੇ ਕੋਲ ਖੁੱਲ੍ਹ ਰਿਹਾ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਅਤੇ ਆਪਣੀ ਪਰਚੇਜਿੰਗ ਕਰ ਸਕੇ ਜੀ। ਅਤੇ ਬਾਕੀ ਆਪਣੀ ਵਰਲਡ ਵਾਈਡ ਸ਼ਿਪਮੈਂਟ ਆ, ਆਲ ਓਵਰ ਇੰਡੀਆ 'ਚ ਤੁਸੀਂ ਕਿਤੇ ਵੀ ਬੈਠੇ ਹੋ 3-4 ਦਿਨ ਦੇ ਵਿੱਚ ਪਾਰਸਲ ਪਹੁੰਚ ਜਾਂਦਾ। ਆਊਟ ਆਫ ਇੰਡੀਆ ਅਗਰ ਤੁਸੀਂ ਕਿਤੇ ਬੈਠੇ ਹੋ ਤਾਂ ਤਕਰੀਬਨ 7-8 ਦਿਨ ਦੇ ਵਿੱਚ ਪਾਰਸਲ ਹਰ ਜਗ੍ਹਾ ਪਹੁੰਚ ਜਾਂਦਾ। ਇਹ ਨੰਬਰ ਸਾਡੇ ਸਟੋਰ ਦੇ ਨੇ ਜੀ, ਇਹਨਾਂ ਤਿੰਨਾਂ ਨੰਬਰਾਂ 'ਤੇ ਵਟਸਐਪ ਚੱਲਦਾ, ਤੁਹਾਨੂੰ ਜੋ ਜੋ ਚੰਗਾ ਲੱਗਦਾ ਪਿੱਕ ਭੇਜ ਕੇ ਤੁਸੀਂ ਆਪਣੇ ਪੀਸ ਫਾਈਨਲ ਕਰ ਸਕਦੇ ਹੋ। ਲਓ ਜੀ, ਵੀਡੀਓ ਤੁਹਾਨੂੰ ਸ਼ੁਰੂ ਕਰ ਰਿਹਾ, ਤਾਂ ਸਭ ਤੋਂ ਪਹਿਲਾਂ ਦਿਖਾ ਰਿਹਾ ਅਸੀਂ ਸਕਰਟ ਦੇ ਵਿੱਚ ਕੋਨਸੈਪਟ ਆਇਆ ਇਹਦਾ, ਪਿਓਰ ਚਨੋਨ ਸ਼ਿਫੋਨ ਫੈਬਰਿਕ 80 ਗ੍ਰਾਮ ਦਾ, ਉਹਦੇ ਉੱਪਰ ਸਾਰੀ ਜਿਹੜੀ ਇਮਬਰਾਇਡਰੀ ਆ ਉਹ ਸਕਰਟ ਦੇ ਵਿੱਚ ਆ, ਸਾਰਾ ਨੀਚੇ ਪਹਿਲਾਂ ਇਸਦਾ ਸਕੈਲਪਿੰਗ ਹੈ ਰਾਊਂਡਿੰਗ ਦੇ ਵਿੱਚ ਇਸਦਾ, ਇਹਦੇ 'ਚ ਉਹਦੇ ਉੱਪਰ ਸ਼ੀਟ ਦੇ ਨਾਲ ਨਾਲ ਲੈਦਰ ਪੱਤੀ ਦਾ ਕੰਮ ਆਏਗਾ। ਇਹਦੀ ਜਿਹੜੀਆਂ ਕਲੀਆਂ ਆ ਰਹੀਆਂ ਨੇ ਸਕਰਟ ਦੇ ਵਿੱਚ, ਇੱਕ ਕਲੀ ਆਏਗੀ ਸਟਾਰ ਬੂਟੀ ਵਾਲੀ, ਇੱਕ ਕਲੀ ਆਏਗੀ ਇਸ ਤਰ੍ਹਾਂ ਜ਼ਿਗਜ਼ੈਗ ਇਮਬਰਾਇਡਰੀ ਵਾਲੀ। ਇਸ ਤਰ੍ਹਾਂ ਪੂਰੀਆਂ ਕਲੀਆਂ ਨੇ, ਫਰੰਟ ਪੂਰਾ ਹੈਵੀ ਇਸ ਤਰ੍ਹਾਂ ਹੀ ਔਰ ਸੇਮ ਇਸ ਤਰ੍ਹਾਂ ਹੀ ਇਹਦੀ ਬੈਕ ਵੀ ਫੁੱਲ ਹੈਵੀ। ਫੈਬਰਿਕ ਪਿਓਰ ਚਨੋਨ ਸ਼ਿਫੋਨ, ਨੀਚੇ ਪ੍ਰੋਪਰ ਲਾਈਨਿੰਗ ਲੱਗੀ ਹੋਈ ਹੈ, ਫੁੱਲੀ ਸਟਿੱਚ ਇਹ ਸਕਰਟ ਹੈ। ਜਿਹੜੀ ਸ਼ਰਟ ਹੈ ਉਹ ਆਏਗੀ ਸੈਮੀ ਸਟਿੱਚ, ਸੈਮੀ ਸਟਿੱਚ ਦਾ ਮਤਲਬ ਇੱਦਾਂ ਹੁੰਦਾ ਕਿ ਕਿਉਂਕਿ ਇਹ ਜਿਹੜੇ ਸਾਈਜ਼ ਨੇ ਨਾ ਰੈਡੀਮੇਡ ਦੇ ਵਿੱਚ ਨਹੀਂ ਬਣ ਪਾਉਂਦੇ, ਜਿਵੇਂ ਆਪਾਂ ਰੈਡੀਮੇਡ ਦੇ ਵਿੱਚ 40-42 ਅਤੇ 44 ਤੱਕ ਤਾਂ ਚਲੋ ਹੋ ਜਾਂਦਾ ਵਾ, ਲੇਕਿਨ 46-48 ਉਹ ਸਾਈਜ਼ ਰੈਡੀਮੇਡ ਦੇ ਵਿੱਚ ਨਹੀਂ ਬਣਦੇ। ਇਸ ਕਰਕੇ ਇਹ ਜਿਹੜੇ ਸਾਈਜ਼ ਨੇ ਤੁਸੀਂ 48-46 ਜਿੰਨਾ ਮਰਜ਼ੀ ਵੱਡਾ ਸਾਈਜ਼ ਬਣਾ ਸਕਦੇ ਹੋ। ਇਹ ਲੋਅਰ ਨੀਚੇ ਫੁੱਲੀ ਸਟਿੱਚ ਹੈ, ਸ਼ਰਟ ਇਹਦੀ ਸੈਮੀ ਸਟਿੱਚ ਹੈ, ਦੋਨੋਂ ਹੀ ਫੈਬਰਿਕ ਚਨੋਨ ਸ਼ਿਫੋਨ ਹੈ ਅਤੇ ਦੁਪੱਟਾ ਵੀ ਨਾਲ ਸੇਮ ਚਨੋਨ ਸ਼ਿਫੋਨ ਦਾ ਜੀ। ਲਓ ਜੀ, ਇਹ ਦੁਪੱਟੇ ਦੇ ਸਕੈਲਪਿੰਗ ਲੈਂਥ ਵਾਲੀ ਸਾਈਡ ਦੇ ਉੱਤੇ ਵਿੱਚ ਇਹਦੀ ਸਟਾਰ ਬੂਟੀ ਨਾਲ ਨਾਲ ਡੈਗਨਲ ਸਟਾਈਪਸ, ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ। ਇੰਡੀਗੋ ਬਲੂ ਕਲਰ ਹੈ ਜੀ ਇਹਦਾ ਚਨੋਨ ਸ਼ਿਫੋਨ ਫੈਬਰਿਕ, ਆਈਟਮ ਨੰਬਰ 1 ਹੈ, ਪ੍ਰਾਈਸ ਪਏਗਾ 8855 ਰੁਪਏ। ਨੈਕਸਟ ਲਓ ਜੀ, ਲਓ ਜੀ ਸੈਕਿੰਡ ਜਿਹੜਾ ਤੁਹਾਨੂੰ ਦਿਖਾ ਰਿਹਾ ਕੋਨਸੈਪਟ, ਉਹ ਵੀ ਫੈਬਰਿਕ ਚਨੋਨ ਸ਼ਿਫੋਨ ਹੀ ਹੈ, ਕੋਨਸੈਪਟ ਇਹ ਵੀ ਸਕਰਟ ਵਾਲਾ ਹੀ ਹੈ, ਲੇਕਿਨ ਇੰਬਰਾਇਡਰੀ ਬਿਲਕੁਲ ਚੇਂਜ ਹੋ ਗਈ ਇੱਥੇ ਹੁਣ ਆ ਕੇ ਜੀ। ਇਹ ਡਿਫਰੈਂਟ ਗ੍ਰੀਨ ਆ, ਜ਼ਹਿਰ ਮੋਰਾ ਗ੍ਰੀਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹਦੇ 'ਚ ਸਾਰਾ ਨੀਚੇ ਜਿਹੜਾ ਕੰਮ ਹੈ ਨਾ ਉਹ ਲੈਦਰ ਪੱਤੀ ਦਾ ਕੰਮ ਹੈ ਸਾਰਾ ਜਿਹਦੇ 'ਚ। ਇਹਦੇ ਸਕਰਟ ਦਾ ਜਿਹੜਾ ਫਲੇਅਰ ਹੈਗਾ, ਫਲੇਅਰ ਹੀ ਬਹੁਤ ਵੱਡਾ ਜੀ ਇਹਦਾ, ਮਤਲਬ ਜਿਵੇਂ ਆਪਾਂ ਲਹਿੰਗੇ ਲੈਂਦੇ ਨਾ ਰੇਪ ਕਟਿੰਗ ਦੇ, ਤਕਰੀਬਨ 3.5-4 ਮੀਟਰ ਲੈਂਦਾ, ਪ੍ਰੋਪਰ ਫਲੇਅਰ ਹੁੰਦਾ ਜੀ ਇਹਦਾ। ਲਓ ਜੀ, ਵਰਕ ਦੇਖੋ ਤੁਸੀਂ, ਸਾਰਾ ਨੀਚੇ ਲੈਦਰ ਪੱਤੀ ਦਾ ਕੰਮ ਹੈ, ਉਹਦੇ ਉੱਪਰ ਛੜੀਆਂ ਆਉਣਗੀਆਂ ਸਾਰੀਆਂ, ਇਹ ਮਤਲਬ ਕਲੀਆਂ ਦੇ ਉੱਪਰ ਜਿਹੜੇ ਜੁਆਇੰਟ ਨੇ ਉਹਦੇ ਉੱਪਰ ਇੰਬਰਾਇਡਰੀ ਕੀਤੀ ਹੈ, ਪੂਰਾ ਫਰੰਟ ਐਂਡ ਬੈਕ ਇੰਬਰਾਇਡਰੀ ਹੈ, ਚਨੋਨ ਸ਼ਿਫੋਨ ਫੈਬਰਿਕ ਹੈ, ਇਹ ਫੁੱਲੀ ਸਟਿੱਚ ਸਕਰਟ ਹੈ, ਜਿਹੜੀ ਸ਼ਰਟ ਆਏਗੀ ਸੈਮੀ ਸਟਿੱਚ। ਇਹਦੇ ਵਿੱਚ ਆਪਾਂ ਕੋਲ ਆਪਸ਼ਨ ਹੁੰਦੀ ਹੈ ਸਾਈਜ਼ ਵੱਡਾ ਜਿੱਡਾ ਮਰਜ਼ੀ ਆਪਾਂ ਕਰ ਸਕਦੇ, ਨੀਚੇ ਪੂਰਾ ਬਾਰਡਰ ਆ ਗਿਆ ਹਲਕਾ ਜਿਹਾ, ਨੈਕ ਦੇ ਉੱਤੇ ਟੋਟਲ ਸਾਰੀ ਹੈਂਡ ਇੰਬਰਾਇਡਰੀ, ਇਹਦੇ 'ਚ ਲੈਦਰ ਪੱਤੀ ਦਾ ਕੰਮ ਹੈ, ਨੋਟ ਦਾ ਕੰਮ ਹੈ, ਸੀਕੁਐਂਸ ਦਾ ਕੰਮ ਹੈ ਅਤੇ ਨਾਲ ਨਾਲ 0 ਨੰਬਰ ਦਾ ਕੜਦਾਨੇ ਦਾ ਕੰਮ ਹੈ। ਆਹ ਲੁੱਕ ਆ ਗਈ ਪੂਰੇ ਕੋਨਸੈਪਟ ਦੀ, ਫੁੱਲ ਬਾਜੂ ਦੀ ਆਪਸ਼ਨ, ਇਹਦੇ ਨਾਲ ਦੁਪੱਟਾ ਜਿਹੜਾ ਦਿੱਤਾ ਨਾ ਕੰਟਰਾਸਟ ਆ, ਜਿਸ ਕਲਰ ਦੀ ਡਾਰਕ ਪਾਈਪਿੰਗ ਹੈ। ਲਓ ਜੀ, ਇੰਡੀਗੋ ਬਲੂ ਕਲਰ ਦੀ ਜ਼ਹਿਰ ਮੋਰੇ ਦੇ ਨਾਲ, ਇੰਡੀਗੋ ਬਲੂ ਗ੍ਰੀਨ ਦੇ ਕਲਰ ਨਾਲ ਸਾਰੀ ਇਹ ਡਿਜ਼ਾਇਨਿੰਗ ਦੁਪੱਟਾ ਆਏਗਾ ਕੰਟਰਾਸਟ। ਦੁਪੱਟੇ ਦੇ ਚਾਰੇ ਪਾਸੇ ਸੇਮ ਉੱਦਾਂ ਹੀ ਲੈਦਰ ਪੱਤੀ, ਸੈਂਟਰ ਦੇ ਵਿੱਚ ਸੀਕੁਐਂਸ ਦੀ ਡੈਗਲਰ ਇੰਬਰਾਇਡਰੀ। ਇਹ ਲੁੱਕ ਆਏਗੀ ਪੂਰੇ ਕੋਨਸੈਪਟ ਦੀ, ਸੈਮੀ ਸਟਿੱਚ ਕੋਨਸੈਪਟ ਚੱਲ ਰਿਹਾ ਸਾਰਾ ਹੀ ਵਾਲਾ। ਆਈਟਮ ਨੰਬਰ 2 ਹੈ, ਪ੍ਰਾਈਸ ਇਹਦਾ ਪਏਗਾ ਆਪਾਂ ਨੂੰ 7950। ਜਿਹੜਾ ਲੋਅਰ ਹੈ ਫੁੱਲੀ ਸਟਿੱਚ ਹੈ, ਦੁਪੱਟਾ ਸਾਰਾ ਤਿਆਰ ਹੈ, ਸ਼ਰਟ ਸੈਮੀ ਸਟਿੱਚ, ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਸਾਈਜ਼ ਸਟਿੱਚ ਕਰਾ ਸਕਦੇ ਹੋ। ਲਓ ਜੀ, ਥਰਡ ਆਪਸ਼ਨ ਆਏਗੀ ਆਪਾਂ ਨੂੰ ਗਾਜਰੀ ਕਲਰ ਦੇ ਵਿੱਚ, ਇਹ ਵੀ ਸਕਰਟ ਦੇ ਵਿੱਚ ਕੋਨਸੈਪਟ ਹੈ, ਤੁਹਾਨੂੰ 3 ਪੀਸ ਦਿਖਾਏ ਨੇ, 3 ਸਕਰਟ ਦੇ ਵਿੱਚ ਆਏ ਨੇ ਸਾਰੇ ਜੀ। ਇਹ ਅੱਜ ਇਹ ਟੋਟਲ ਸਾਰੀ ਅੱਜ ਦੀ ਬਿਲਿੰਗ ਆ, ਨਵੇਂ ਮਾਲ ਜਿਹੜੇ ਖੋਲ੍ਹੇ ਨੇ। ਸਕਰਟ ਇਹਦੇ ਨੀਚੇ ਬਾਰਡਰ ਆ ਗਿਆ ਸਿੰਗਲ, ਉਹਦੇ ਉੱਪਰ ਪੂਰੇ ਬੂਟੇ ਬਣੇ ਨੇ ਇੰਬਰਾਇਡਰੀ ਦੇ, ਫਿਰ ਉਹਦੇ ਉੱਪਰ ਰਾਊਂਡਿੰਗ ਦੇ ਵਿੱਚ ਇੱਕ ਮੋਟਿਫ ਆਏਗਾ, ਉਹਦੇ ਉੱਪਰ ਫਿਰ ਛੋਟੀ ਬੂਟੀ ਉੱਪਰ ਬੈਲਟ ਲੈਵਲ ਤੱਕ। ਇਹ ਸਕਰਟ ਹੈ ਪੂਰੀ ਫਰੰਟ ਐਂਡ ਬੈਕ, ਜਿਹੜਾ ਪਹਿਲਾ ਸਟੱਫ ਸੀਗਾ ਚਨੋਨ ਸ਼ਿਫੋਨ ਦਾ, ਸੈਕਿੰਡ ਵੀ ਚਨੋਨ ਸ਼ਿਫੋਨ ਦਾ, ਇਹ ਹੈਗੀ ਪਿਓਰ ਜਾਰਜਟ 80 ਗ੍ਰਾਮ ਦੀ। ਇਹਦੇ ਨੀਚੇ ਸ਼ਰਟ ਦੇ ਘੇਰੇ ਦੇ ਬਾਰਡਰ ਆਏਗਾ,
ਚਾਕਾਂ ਤੇ ਪਾਈਪਿੰਗ ਆਏਗੀ, ਵਿੱਚ ਪੂਰੀ ਸਟਾਰ ਬੂਟੀ, ਨੈਕ ਉੱਤੇ ਹਲਕਾ ਜਿਹਾ ਹੈਂਡ ਵਰਕ ਦੇ ਵਿੱਚ ਪੇਟਾ ਵਰਕ ਦੇ ਨਾਲ, ਨਾਲ ਇਸ ਤਰ੍ਹਾਂ ਬੈਲ ਸਲੀਵਸ। ਦੁਪੱਟਾ ਖੋਲੋ ਭਾਅ ਜੀ, ਦੁਪੱਟਾ ਇਹਦੇ ਨਾਲ ਕੰਟਰਾਸਟ ਨਹੀਂ ਹੈ, ਸੇਮ ਦੁਪੱਟਾ, ਲੇਕਿਨ ਦੁਪੱਟੇ ਦੇ ਪੱਲਿਆਂ ਵਾਲੀ ਸਾਈਡ ਤੇ ਪੂਰੀ ਇੰਬਰਾਇਡਰੀ ਹੈ ਲੈਂਥ ਉੱਤੇ, ਤੇ ਵਿੱਚ ਬੂਟੀ ਸਾਈਡਾਂ ਤੇ ਬਾਰਡਰ ਇਸ ਤਰ੍ਹਾਂ। ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ। ਦਿਓ ਭਾਅ ਜੀ ਪ੍ਰਾਈਸ ਕੀ ਨਿਕਲਿਆ ਇਹਦਾ? ਆਈਟਮ ਨੰਬਰ 3 ਹੈ ਜੀ, ਪ੍ਰਾਈਸ ਪਏਗਾ ਇਹਦਾ 8400 ਰੁਪਏ ਜੀ। ਪਿਓਰ ਜੋਰਜਟ ਦੇ ਕੰਸੈਪਟ ਹੈ ਸਾਰਾ ਜੀ ਇਹਦਾ। ਨੈਕਸਟ ਲਓ ਜੀ, ਲਓ ਜੀ ਫੋਰਥ ਪੀਸ ਆ ਗਿਆ ਇਹ ਪਿਓਰ ਜੋਰਜਟ ਦੇ ਵਿੱਚ। ਇਹ ਸਾਫਾ ਆਏਗਾ ਕਲੀਆਂ ਵਾਲਾ ਜੀ ਇਹਦਾ। ਉੱਪਰੋਂ ਕਲੀ ਸ਼ੁਰੂ ਹੁੰਦੀ ਹੈ ਬੈਲਟ ਤੋਂ, ਨੀਚੇ ਪੂਰੀ ਕਲੀ ਪਹਿਲਾਂ ਦੇਖ ਕੇ ਫਿਰ ਉਹਦੇ ਉੱਪਰ ਇੰਬਰਾਇਡਰੀ ਕੀਤੀ ਇਸ ਤਰ੍ਹਾਂ ਜੀ। ਸਾਰਾ ਪੈਚ ਦਾ ਕੰਮ ਹੈ, ਅਪਲੀਕ ਵਰਕ ਕੰਮ ਹੈ, ਪਿੰਕ ਕਲਰ ਹੈ, ਪੀਚ ਕਲਰ ਹੈ, ਫਰੋਜ਼ੀ ਕਲਰ ਹੈ, ਪਿਸਤਾ ਕਲਰ ਹੈ, ਪੂਰੀ ਇੰਬਰਾਇਡਰੀ ਫਰੰਟ ਐਂਡ ਬੈਕ ਉੱਤੇ ਇਜ਼ਾਫੇ ਦੇ ਉੱਤੇ। ਸ਼ਰਟ ਸੇਮ ਚਨੌਨ ਸ਼ਿਫੋਨ ਦੀ ਸ਼ਰਟ, ਉਹਦੇ ਉੱਪਰ ਜ਼ਿਗਜ਼ੈਗ ਇੰਬਰਾਇਡਰੀ, ਹਲਕੇ ਜਿਹੇ ਬਟਨ ਦੇ ਨਾਲ ਨੈਕ ਉੱਤੇ ਮਿਰਰ ਦੀ ਇੰਬਰਾਇਡਰੀ। ਇਹ ਲੁੱਕ ਆਏਗੀ ਪੂਰੇ ਸ਼ਰਟ ਦੇ ਫਰੰਟ ਦੀ ਇਸ ਤਰ੍ਹਾਂ ਜੀ। ਬੇਟਾ ਦੁਪੱਟਾ ਖੋਲਣਾ, ਦੁਪੱਟਾ ਸੇਮ ਬਣਾਇਆ ਜੀ, ਲੇਕਿਨ ਦੁਪੱਟਾ ਅਸੀਂ ਬਣਾ ਰਹੇ ਹਾਂ ਪਿਓਰ ਔਰਗੈਂਜ਼ਾ ਉੱਤੇ। ਔਰਗੈਂਜ਼ਾ ਇੱਕ ਹੁੰਦੀ ਬਹੁਤ ਹਾਰਡ, ਇਹ ਬਹੁਤ ਸੋਫਟ ਕੁਆਲਿਟੀ ਹੁੰਦੀ, 4x4 ਕੁਆਲਿਟੀ ਹੁੰਦੀ ਹੈ। ਇਹਦੇ ਚਾਰੇ ਪਾਸੇ ਨਿਓਨ ਦਾ ਬਾਰਡਰ ਹੈ, ਵਿੱਚ ਇਹਦੇ ਜਿਸ ਤਰ੍ਹਾਂ ਡਿਜ਼ਾਈਨਰ ਅਪਲੀਕ ਵਰਕ ਹੈ, ਪੈਚਿੰਗ। ਲਓ ਜੀ ਇਹ ਲੁੱਕ ਆਏਗੀ ਪੂਰੇ ਆਰਟੀਕਲ ਦੀ। ਜਿਹੜੀ ਸ਼ਰਟ ਹੈ ਉਹ ਚਨੌਨ ਸ਼ਿਫੋਨ ਦੀ ਹੈ, ਜਿਹੜਾ ਬੇਸਿਕਲੀ ਜੋਰਜਟ ਦਾ ਫੈਬਰਿਕ ਹੈ ਉਹ ਨੀਚੇ ਇਜ਼ਾਫੇ ਉੱਤੇ ਹੈ, ਜਿਹੜਾ ਦੁਪੱਟਾ ਆਏਗਾ ਪਿਓਰ ਔਰਗੈਂਜ਼ਾ ਉੱਤੇ। ਆਹ ਲੁੱਕ ਆਏਗੀ ਪੂਰੇ ਕੰਸੈਪਟ ਦੀ। ਭਾਅ ਜੀ ਦੇਣਾ ਪ੍ਰਾਈਸ ਕੀ ਹੈ ਜਿਹੜਾ ਅੱਜ ਦੀ ਵੀਡੀਓ ਦੀ? ਆਈਟਮ ਨੰਬਰ 4 ਹੈ ਜੀ, ਪ੍ਰਾਈਸ ਪਏਗਾ 8140, 8140 ਰੁਪਏ ਜੀ। ਨੈਕਸਟ ਚਲੋ ਜੀ, ਲਓ ਜੀ ਯੈਲੋ ਕਲਰ, ਮਸਟਰਡ ਯੈਲੋ ਦੇ ਵਿੱਚ ਇਹ ਵੀ ਪੀਸ ਬਹੁਤ ਪਿਆਰਾ ਜੀ ਇਹਦਾ। ਇਹ ਗਰਾਰੇ ਦੇ ਵਿੱਚ ਕੰਸੈਪਟ ਆਏਗਾ ਜੀ, ਥਾਈ ਤੇ ਜੁਆਇੰਟ ਆਏਗਾ, ਉਹਦੇ ਤੇ ਪੂਰੀ ਇੰਬਰਾਇਡਰੀ ਇਸ ਤਰ੍ਹਾਂ। ਗੋਟੇ ਪੱਤੀ ਦਾ ਕੰਮ ਆਏਗਾ, ਲੈਦਰ ਦਾ ਕੰਮ ਆਏਗਾ, ਰੇਸ਼ਮ ਦਾ ਕੰਮ ਆਏਗਾ, ਪੂਰੀ ਆਪਣਾ ਗਰਾਰੇ ਉੱਤੇ ਪੂਰੀ ਇੰਬਰਾਇਡਰੀ ਫਰੰਟ ਬੈਕ ਦੇ ਵਿੱਚ। ਸ਼ਰਟ ਖੋਲਾਂ ਬੇਟਾ ਜਿਹੜਾ, ਸ਼ਰਟ ਇਹਦੇ ਨਾਲ ਬਿਲਕੁਲ ਸਿੰਪਲ ਦੇ ਰਿਹਾ ਸੀ, ਸਿੰਪਲ ਬਾਰਡਰ ਅਤੇ ਨੈਕ ਉੱਤੇ ਹਲਕੀ ਜਿਹੀ ਹੈਂਡ ਇੰਬਰਾਇਡਰੀ, ਇਹਦੇ ਵਿੱਚ ਕੜਦਾਨੇ ਦਾ ਕੰਮ ਹੈ, ਦੇਵ ਪਾਲ ਦਾ ਕੰਮ ਹੈ ਸਾਰਾ। ਆਹ ਲੁੱਕ ਪੂਰੇ ਕੌਨਸੈਪਟ ਦੀ ਆ ਗਈ। ਦੁਪੱਟਾ ਸੇਮ ਸਟੱਫ ਦੇ ਵਿੱਚ, ਦੁਪੱਟਾ ਦੁਪੱਟਾ ਪੂਰਾ ਹੈਵੀ, ਚਾਰੇ ਪਾਸੇ ਪੂਰੀ ਹੈਵੀ ਇੰਬਰਾਇਡਰੀ ਬਾਰਡਰ, ਵਿੱਚ ਪੂਰੇ ਬੂਟੇ ਕੌਨਸੈਪਟ 3-2 ਦੇ ਨਾਲ ਇਸ ਤਰ੍ਹਾਂ। ਲਓ ਜੀ ਮਸਟਰਡ ਕਲਰ ਦਾ ਕੌਨਸੈਪਟ ਹੈ, ਚਨੌਨ ਸ਼ਿਫੋਨ ਦਾ ਫੈਬਰਿਕ ਹੈ। ਪ੍ਰਾਈਸ ਦਾ ਬੇਟਾ ਕੀ ਨਿਕਲਿਆ? ਆਈਟਮ ਨੰਬਰ 5 ਹੈ ਜੀ ਅੱਜ ਦੀ ਵੀਡੀਓ ਦੀ, ਪ੍ਰਾਈਸ ਪਏਗਾ 6600, 6600 ਰੁਪਏ ਜੀ ਇਹਦਾ। ਲਓ ਜੀ ਜਿਹੜਾ ਛੇਵਾਂ ਪੀਸ ਆਉਂਦਾ ਰੈੱਡ ਕਲਰ ਦੇ ਵਿੱਚ, ਆਈਟਮ ਆਈ ਹੈ ਪ੍ਰੋਪਰ ਰੈੱਡ, ਬ੍ਰਾਈਟ ਕਲਰ ਕਲਰ ਦੇ ਵਿੱਚ। ਲਓ ਜੀ ਰੈੱਡ ਕਲਰ ਦੇ ਵਿੱਚ ਇਹ ਵੀ ਗਰਾਰਾ ਆਏਗਾ, ਇਹਦੇ 'ਤੇ ਪੂਰੀ ਇੰਬਰਾਇਡਰੀ ਹੈ। ਇੱਕ ਕਲੀ ਦੇ ਵਿੱਚ ਬੂਟੀ ਕੌਨਸੈਪਟ ਆਏਗਾ, ਇੱਕ ਕਲੀ ਦੇ ਵਿੱਚ ਸਾਰੀ ਡਾਇਗਨਲ ਦੇ ਨਾਲ ਸੀਕੁਐਂਸ ਦੀ ਇੰਬਰਾਇਡਰੀ, ਨੀਚੇ ਪੂਰਾ ਹੈਵੀ ਬਾਰਡਰ ਮੋਟਿਵ ਦੇ ਵਿੱਚ ਇਸ ਤਰ੍ਹਾਂ। ਇਹ ਜਿਹੜਾ ਫੈਬਰਿਕ ਹੈ ਪਿਓਰ ਚਨੌਨ ਹੈ ਜੀ, ਅਲੀ ਪਿਓਰ ਚਨੌਨ ਫੈਬਰਿਕ ਹੈ, 80 ਗ੍ਰਾਮ ਦੀ ਕੁਆਲਿਟੀ, ਡਸ਼ੀਨ ਚਨੌਨ ਕੁਆਲਿਟੀ। ਸ਼ਰਟ ਖੋਲੋ ਭਾਅ ਜੀ, ਸੇਮ ਕਲਰ ਦੀ ਸ਼ਰਟ, ਉਹਦੇ 'ਤੇ ਪੂਰਾ ਨੀਚੇ ਬਾਰਡਰ ਜ਼ਿਗਜ਼ੈਗ ਸੀਕੁਐਂਸ ਦਾ, ਨਾਲ ਰੇਸ਼ਮ ਦਾ ਕੰਮ, ਉੱਪਰ ਸਿੱਧੀਆਂ ਲਾਈਨਾਂ ਸਟੇਟ ਡਾਇਗਨਲ ਦੇ ਵਿੱਚ ਜ਼ਿਗਜ਼ੈਗ ਦੇ ਵਿੱਚ, ਉਹਦੇ ਉੱਪਰ ਰੇਸ਼ਮ ਦਾ ਨੈੱਕ ਆਏਗਾ ਸਾਰਾ ਇਸ ਦਾ। ਇਹ ਵੀ ਲੋਅਰ ਫੁੱਲੀ ਸਟਿੱਚ ਹੈ, ਸ਼ਰਟ ਸੈਮੀ ਸਟਿੱਚ ਹੈ, ਫੁੱਲ ਬਾਜੂ ਦੀ ਆਪਸ਼ਨ ਹੈ। ਦੁਪੱਟਾ ਨਾਲ ਸੇਮ ਰੈੱਡ ਕਲਰ ਦਾ 4 ਸਾਈਡ 'ਤੇ ਬਾਰਡਰ ਦੇ ਵਿੱਚ ਇਸ ਤਰ੍ਹਾਂ ਇਹਦੇ 'ਚ। ਲਓ ਜੀ ਪ੍ਰਾਈਸ ਦੇ ਬੇਟਾ ਕੀ ਨਿਕਲਿਆ ਅੱਜ ਦੀ ਵੀਡੀਓ ਦੀ? ਆਈਟਮ ਨੰਬਰ ਇਹ 6 ਹੈ ਜੀ, ਪ੍ਰਾਈਸ ਪਏਗਾ 6980। ਨੈਕਸਟ ਜੀ, ਲਓ ਜੀ ਗਰਾਰੇ ਦੇ ਵਿੱਚ ਇੱਕ ਇਹ ਕੌਨਸੈਪਟ ਆਏਗਾ, ਮਾਊਸ ਕਲਰ ਦੇ ਵਿੱਚ ਆਈਟਮ ਆਈ ਹੈ ਜੀ ਇਹਦੀ। ਜਿਹੜਾ ਫੈਬਰਿਕ ਹੈ ਡੂਪੀਅਨ ਸਿਲਕ, ਉਹਦੇ ਉੱਤੇ ਨੀਚੇ ਸਾਰੀ ਸਕੈਲਪਿੰਗ ਇੰਬਰਾਇਡਰੀ ਸੀਕੁਐਂਸ ਦੇ ਨਾਲ, ਫਿਰ ਉਹਦੇ ਉੱਪਰ ਰੇਸ਼ਮ ਦੇ ਨਾਲ ਨਾਲ ਸੀਕੁਐਂਸ ਦੀਆਂ ਲਾਈਨਾਂ ਡਾਇਗਨਲ, ਫਿਰ ਉਹਦੇ ਉੱਪਰ ਪੂਰਾ ਬੂਟਾ ਕੌਨਸੈਪਟ ਆਏਗਾ, ਡੋਰੀ ਦਾ, ਤਿੱਲੇਕਾਰੀ ਦਾ ਅਤੇ ਸ਼ੀਟ ਦਾ ਗਰਾਰੇ ਦੇ ਵਿੱਚ। ਪੂਰਾ ਫਰੰਟ ਐਂਡ ਬੈਕ ਪੂਰੀ ਇੰਬਰਾਇਡਰੀ ਮਾਊਸ ਕਲਰ ਦੇ ਵਿੱਚ, ਡੂਪੀਅਮ ਸਿਲਕ ਦੇ ਵਿੱਚ। ਇਹਦੀ ਜਿਹੜੀ ਸ਼ਰਟ ਆਏਗੀ ਸੇਮ ਫੈਬਰਿਕ ਦੀ, ਉਹਦੇ ਨੀਚੇ ਵੀ ਸੇਮ ਬਾਰਡਰ ਇਸ ਤਰ੍ਹਾਂ ਜੀ, ਉਹਦੇ ਉੱਪਰ ਲਾਈਨਾਂ ਸ਼ੀਟ ਦੀਆਂ ਇਸ ਤਰ੍ਹਾਂ ਹੀ। ਨੈਕ ਦੇ ਉੱਤੇ ਹਲਕੀ ਜਿਹੀ ਹੈਂਡ ਇੰਬਰਾਇਡਰੀ, ਦਬਕੇ ਦਾ ਕੰਮ ਹੈ, ਗੋਟੇ ਪੱਤੀ ਦਾ ਕੰਮ ਹੈ ਅਤੇ ਨਾਲ ਨਾਲ ਕਸਬ ਦਾ ਕੰਮ ਹੈ ਸਾਰਾ ਇਸ ਦਾ। ਆਹ ਲੁੱਕ ਆ ਗਈ ਪੂਰੇ ਕੌਨਸੈਪਟ ਦੀ। ਦੁਪੱਟਾ ਖੋਲੋ ਬੇਟੇ, ਦੁਪੱਟਾ ਨਾਲ ਦੇ ਰਿਹਾ ਕੰਟਰਾਸਟ ਇੰਡੀਗੋ ਬਲੂ ਕਲਰ ਦੇ ਵਿੱਚ, ਦੁਪੱਟਾ ਨਾਲ ਦੇ ਜੀ ਬਹੁਤ ਹੀ ਪਿਆਰਾ ਦੁਪੱਟਾ, 4 ਸਾਈਡ ਪੂਰੀ ਇੰਬਰਾਇਡਰੀ ਦੁਪੱਟੇ ਦੇ, ਨਾਲ ਨਾਲ ਕਿਰਨ ਲੱਗੀ ਹੋਈ ਹੈ ਉਹਦੇ 'ਤੇ, ਨਾਲ ਨਾਲ ਇੰਬਰਾਇਡਰੀ ਦੇ ਡਬਲ ਬਾਰਡਰ ਨੇ, ਵਿੱਚ ਡਾਇਗਨਲ ਲਾਈਨਾਂ ਨੇ, ਵਿੱਚ ਸਟਾਰ ਬੂਟੀ ਹੈ। ਆਹ ਲੁੱਕ ਪੂਰੇ ਆਰਟੀਕਲ ਦੀ।
ਦੋ ਜੀ ਪ੍ਰਾਈਸ ਕੀ ਨਿਕਲਿਆ ਬੇਟੇ ਇਹਦਾ ਆਈਟਮ ਨੰਬਰ 7 ਪ੍ਰਾਈਸ ਪਏਗਾ 8250 8250 ਰੁਪਏ ਲਓ ਜੀ ਨੈਕਸਟ ਲਓ ਜੀ ਲਓ ਜੀ ਕੰਟਰਾਸਟ ਆਈਟਮ ਆਏਗੀ ਹੁਣ ਇਜ਼ਾਫਾ ਆਏਗਾ ਕਲੀਆਂ ਵਾਲਾ ਜੀ ਇਹ ਜਿਹੜਾ ਬੇਸਿਕਲੀ ਫੈਬਰਿਕ ਹੈ ਜੀ ਇਹਦਾ ਇਹ ਪਿਓਰ ਜਾਰਜਟ ਹੈ ਜੀ 80 ਗ੍ਰਾਮ ਦੀ ਡਸਟੀ ਮਹਿੰਦੀ ਕਲਰ ਹੈ ਜਿਹਨੂੰ ਆਪਾਂ ਸੁੱਕੀ ਮਹਿੰਦੀ ਕਲਰ ਕਹਿ ਦਿੰਦੇ ਹਾਂ ਡਰਾਈ ਮਹਿੰਦੀ ਕਲਰ ਉਹਦੇ 'ਤੇ ਨਾ ਮੋਟੇ ਬਣੇ ਨੇ ਸਾਰੇ ਗੋਟੇ ਨੇ ਇਸ ਤਰ੍ਹਾਂ ਜੀ ਮਤਲਬ ਤਿੰਨ ਮੋਟੇ ਫੇਸ ਸਾਈਡ 'ਤੇ ਨੇ ਤਿੰਨ ਬੈਕ ਸਾਈਡ 'ਤੇ ਨੇ ਫਿਰ ਤਿੰਨ ਦੂਜੀ ਲੈਗਸ ਉੱਤੇ ਇਸ ਤਰ੍ਹਾਂ ਹੀ ਨੀਚੇ ਪੂਰਾ ਬਾਰਡਰ ਆਏਗਾ ਉਹਦੇ ਵਿੱਚ ਇਸ ਤਰ੍ਹਾਂ ਹੀ ਸ਼ੀਟ ਦਾ ਕੰਮ ਆਏਗਾ ਨਾਲ ਫੁੱਲ ਇਮਬਰਾਇਡਰਡ ਸ਼ਰਟ ਉਹਦੇ 'ਚ ਪੈਨਲ ਦਿੱਤਾ ਹੋਇਆ ਸਾਈਡਾਂ 'ਤੇ ਇਸ ਤਰ੍ਹਾਂ ਜੀ ਉਹਦੇ 'ਤੇ ਆਪਣਾ ਪਿੰਟੈਕਸ ਹੈ ਨੈਕ ਦੇ ਉੱਤੇ ਸੇਮ ਲੈਦਰ ਦਾ ਕੰਮ ਆਏਗਾ ਆਹ ਲੁੱਕ ਪੂਰੇ ਕੋਨਸੈਪਟ ਦੀ ਫੁੱਲ ਬਾਜੂ ਦੀ ਆਪਸ਼ਨ ਮਸਟਰਡ ਇਨ ਟੂ ਡਾਰਕ ਮਹਿੰਦੀ ਕਲਰ ਜੀ ਹੁਣ ਦਾ ਨਾਮ ਹੈ ਦੁਪੱਟਾ ਆਏਗਾ ਔਰਗੈਂਜ਼ਾ ਦੀ ਚੁੰਨੀ ਉਹਦੇ 'ਤੇ ਫੋਰ ਸਾਈਡ ਨੈਕ ਵਾਲਾ ਬਾਰਡਰ ਦੇ ਵਿੱਚ ਉਸ ਸੇਮ ਗੋਟੇ ਦੀਆਂ ਲਾਈਨਾਂ ਇਸ ਤਰ੍ਹਾਂ ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ ਜੋ ਜੀ ਪ੍ਰਾਈਸ ਕੀ ਨਿਕਲਿਆ ਬੇਟਾ ਆਈਟਮ ਨੰਬਰ ਅੱਜ ਦੀ ਵੀਡੀਓ ਦੀ 8 ਹੈ ਜੀ ਪ੍ਰਾਈਸ ਪਏਗਾ 7165 ਨੈਕਸਟ ਲਓ ਜੀ ਲਓ ਜੀ ਲਾਈਲਕ ਮੋਵ ਕਲਰ ਦੇ ਵਿੱਚ ਇੱਕ ਆਈਟਮ ਆਈ ਹੈ ਜੀ ਇਹ ਵੀ ਚੀਜ਼ ਬਹੁਤ ਪਿਆਰੀ ਆ ਇਹਦੇ ਜਿਹੜਾ ਨੀਚੇ ਵਰਕ ਕੀਤਾ ਸਾਰਾ ਨਾ ਡੋਰੀ ਦਾ ਕੰਮ ਹੈ ਇਹ ਡੋਰੀ ਇੰਬਰਾਇਡਰੀ ਦਾ ਕੰਮ ਹੈ ਉਹਦੇ 'ਚ ਨਾਲ ਨਾਲ ਰੇਸ਼ਮ ਦਾ ਕੰਮ ਆਏਗਾ ਨਾਲ ਨਾਲ ਸ਼ੀਟ ਦਾ ਕੰਮ ਆਏਗਾ ਪੂਰਾ ਫਰੰਟ ਬੈਕ ਇੰਬਰਾਇਡਰੀ ਇਸ ਤਰ੍ਹਾਂ ਇਹਦੇ 'ਚ ਇਹ ਨੀਚੇ ਰਿਬ ਕਟਿੰਗ ਦੇ ਵਿੱਚ ਪਲਾਜ਼ੋ ਆਏਗਾ ਸਾਰਾ ਇਸ ਤਰ੍ਹਾਂ ਉਹਦੇ ਉੱਪਰ ਬਨਾਰਸੀ ਸ਼ਰਟ ਆਏਗੀ ਲਾਈਲੈਕ ਕਲਰ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਇਹਦਾ ਲਾਈਲੈਕ ਮੋਵ ਕਲਰ ਦੇ ਵਿੱਚ ਅਸੀਂ ਕਲਰ ਵੀ ਜੋ ਸਾਡੇ ਕੋਲ ਲੇਟੈਸਟ ਆਉਂਦੇ ਆ ਉਹੀ ਦਿਖਾਉਣ ਦੀ ਕੋਸ਼ਿਸ਼ ਕਰੀ ਦੀ ਹੈ ਜੀ ਆ ਦੇਖੋ ਨੈਕ ਉੱਪਰ ਪੂਰੀ ਇੰਬਰਾਇਡਰੀ ਹੈ ਡੋਰੀ ਦਾ ਕੰਮ ਹੈ ਸ਼ੀਸ਼ੇ ਦਾ ਕੰਮ ਹੈ ਨਾਲ ਨਾਲ ਰੇਸ਼ਮ ਦੇ ਨਾਲ ਲੈਦਰ ਦਾ ਕੰਮ ਹੈ ਇਸ ਤਰ੍ਹਾਂ ਹੀ ਸਲੀਵਸ ਆਹ ਲੁੱਕ ਆ ਗਈ ਪੂਰੇ ਕੋਨਸੈਪਟ ਦੀ ਆਪਾਂ ਨੂੰ ਲੋਅਰ ਵੀ ਨਜ਼ਰ ਆ ਰਿਹਾ ਸ਼ਰਟ ਸੈਮੀ ਸਟਿਚ ਹੈ ਦੁਪੱਟਾ ਸੇਮ ਇਸ ਤਰ੍ਹਾਂ ਹੀ ਫੋਰ ਸਾਈਡ ਦੇ ਵਿੱਚ ਚਾਰੇ ਪਾਸੇ ਬਾਰਡਰ ਹੈ ਵਿੱਚ ਡੋਰੀ ਦੀ ਬੂਟੀ ਹੈ ਦੁਪੱਟਾ ਜਾਰਜਟ ਦਾ ਜਿਹੜਾ ਲੋਅਰ ਆਏਗਾ ਉਹ ਵੀ ਜਾਰਜਟ ਦਾ ਜਿਹੜੀ ਸ਼ਰਟ ਆਏਗੀ ਉਹ ਬਨਾਰਸੀ ਸਿਲਕ ਦੇ ਵਿੱਚ ਦੇਖੋ ਜੀ ਪ੍ਰਾਈਸ ਕੀ ਨਿਕਲਿਆ ਇਹਦਾ ਆਈਟਮ ਨੰਬਰ ਅੱਜ ਦੀ ਵੀਡੀਓ ਦੀ 9 ਹੈ ਜੀ ਇਹ ਪ੍ਰਾਈਸ ਪਏਗਾ 8390 8390 ਨੈਕਸਟ ਲਓ ਜੀ ਲਓ ਜੀ ਪਿਓਰ ਕਰੇਪ ਦੇ ਵਿੱਚ ਇੱਕ ਕੋਨਸੈਪਟ ਆਇਆ ਲਾ ਪਿਓਰ ਕਰੇਪ ਅਨੀਤਾ ਡੋਂਗਰੇ ਦਾ ਕੋਨਸੈਪਟ ਹੈ ਪ੍ਰਿੰਟਿੰਗ ਦੇ ਵਿੱਚ ਇਹਦੇ 'ਚ ਹਰ ਹਫ਼ਤੇ ਨਵੀਂ ਕਲੈਕਸ਼ਨ ਆਉਂਦੀ ਹੈ ਕੁਛ ਨਾ ਕੁਛ ਕਲਰ ਮੈਚਿੰਗ ਚੇਂਜ ਕੱਪੜੇ ਦੇ ਪਤਾ ਉਹੀ ਚੱਲਦੇ ਨੇ ਡਿਜ਼ਾਈਨਿੰਗ ਸਾਰੀ ਚੇਂਜ ਹੋ ਜਾਂਦੀ ਹੈ ਨੀਚੇ ਪਾਲ ਦੀ ਲੇਸ ਆ ਗਈ ਉਹਦੇ ਉੱਪਰ ਪੂਰੀ ਪ੍ਰਿੰਟਿੰਗ ਇਸ ਤਰ੍ਹਾਂ ਬਾਰਡਰ ਦੇ ਵਿੱਚ ਬਣੀ ਹੈ ਪੂਰਾ ਥਾਈ 'ਤੇ ਜੁਆਇੰਟ ਆਏਗਾ ਸਾਰੀਆਂ ਪਲੇਟਸ ਦਿੱਤੀਆਂ ਹੋਈਆਂ ਉੱਪਰ ਡਾਰਕ ਰਸਟਿਸ਼ ਮੈਰੂਨ ਕਲਰ ਹੈ ਜੀ ਇਹਦਾ ਸ਼ਰਟ ਖੋਲੋ ਭਾਜੀ ਇਹ ਪੀਚ ਇਨ ਟੂ ਰਸਟੀ ਮੈਰੂਨ ਕਲਰ ਦੇ ਨਾਲ ਨੀਚੇ ਬਾਰਡਰ ਸ਼ਰਟ ਦਾ ਉੱਪਰ ਸਾਰਾ ਪੀਚ ਕਲਰ ਆਏਗਾ ਬੰਦੇਜ ਪ੍ਰਿੰਟ ਦੇ ਨਾਲ ਇਹ ਨੈਕ ਉੱਤੇ ਜਿੰਨੀ ਪ੍ਰਿੰਟਿੰਗ ਆ ਉਹਦੇ 'ਤੇ ਸਾਰਾ ਹੈਂਡਵਰਕ ਆਏਗਾ ਇਸ ਤਰ੍ਹਾਂ ਹੀ ਬਾਜ਼ੂ ਆਹ ਲੁੱਕ ਪੂਰੇ ਕੋਨਸੈਪਟ ਦੀ ਦੁਪੱਟਾ ਆਏਗਾ ਸੇਮ ਕਲਰ ਦਾ ਪੀਚ ਕਲਰ ਦੁਪੱਟਾ ਉਹਦੇ ਚਾਰੇ ਪਾਸੇ ਨਾ ਇਸ ਤਰ੍ਹਾਂ ਹੀ ਸੇਮ ਪ੍ਰਿੰਟਿੰਗ ਦਾ ਬਾਰਡਰ ਦਿੱਤਾ ਆ ਅਨੀਤਾ ਡੋਂਗਰੇ ਪ੍ਰਿੰਟ ਦੇ ਵਿੱਚ ਹੀ ਚਾਰੇ ਪਾਸੇ ਨਾਲ ਲੇਸ ਦੇ ਵਿੱਚ ਲਓ ਜੀ ਆਹ ਲੁੱਕ ਆਏਗੀ ਪੂਰੇ ਕੋਨਸੈਪਟ ਦੇ ਪੀਚ ਇੰਟੂ ਰਸਟੀ ਮੈਰੂਨ ਕਲਰ ਦੇ ਨਾਲ ਕਰੇਪ ਦਾ ਕੋਨਸੈਪਟ ਆ ਡਿਸ਼ੀਨ ਕਰੇਪ 'ਚ ਆਈਟਮ ਨੰਬਰ 10 ਆ ਪ੍ਰਾਈਸ ਪਏਗਾ 8100 ਨੈਕਸਟ ਲਓ ਜੀ ਹੁਣ ਬੇਟਾ ਰੈਡੀ ਬੈਠਾ ਗਈ ਲਓ ਜੀ ਇਹ ਤੁਹਾਨੂੰ ਦਿਖਾਏ ਤਕਰੀਬਨ 10 ਪੀਸ ਸੀਗੇ ਇਹ ਸੈਮੀ ਸਟਿਚ ਹੁਣ ਤੁਹਾਨੂੰ ਜਿਹੜੀ ਸ਼ੋਅ ਕਰ ਰਿਹਾ ਉਹ ਫੁੱਲੀ ਸਟਿਚ ਹੈ ਜੀ ਹਲੇ ਇਹ ਰੈਡੀਮੇਡ ਗਰਾਰਾ ਚਨੌਨ ਸ਼ਿਫੋਨ ਦਾ ਗ੍ਰੀਨ ਕਲਰ ਦੇ ਵਿੱਚ ਸਾਈਜ਼ ਵਿੱਚ ਬਣ ਜਾਏਗਾ ਤਕਰੀਬਨ 42 ਤੱਕ ਈਜ਼ੀਲੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਏਗੀ ਸ਼ਰਟ ਖੋਲੋ ਬੇਟਾ ਜਰਾ ਲਓ ਜੀ ਡਿਜੀਟਲ ਪ੍ਰਿੰਟ ਦੀ ਪੈਪਲਮ ਸ਼ਰਟ ਇਹ ਪੈਪਲਮ ਦੇ ਵਿੱਚ ਇਸ ਤਰ੍ਹਾਂ ਬਾਡੀ ਦੇ ਜੁਆਇੰਟ ਹੁੰਦਾ ਨੀਚੇ ਉਹਦੇ ਨੀਚੇ ਸਾਰਾ ਬਾਰਡਰ ਇੰਬਰਾਇਡਰੀ ਪ੍ਰਿੰਟਿੰਗ ਦੇ ਉੱਤੇ ਪਿਓਰ ਜਾਰਜਟ ਦਾ ਫੈਬਰਿਕ ਪੂਰਾ ਫਰੰਟ ਬੈਕ ਇੰਬਰਾਇਡਰੀ ਇਸ ਤਰ੍ਹਾਂ ਇਹਦੇ 'ਚ ਲਓ ਜੀ ਉੱਪਰ ਨੈਕ ਦੇ ਹਲਕੀ ਜੀ ਹੈਂਡ ਇੰਬਰਾਇਡਰੀ ਗੋਟਾ ਪੱਤੀ ਦਫਤੇ ਦਾ ਕੰਮ ਲਓ ਜੀ ਆਹ ਲੁੱਕ ਆਏਗੀ ਪੂਰੇ ਕੋਨਸੈਪਟ ਦੀ ਦੁਪੱਟਾ ਆਏਗਾ ਨੈੱਟ ਦਾ ਉਹਦੇ ਚਾਰੇ ਪਾਸੇ ਲੇਸ ਆਏਗੀ ਸੀਕੁਐਂਸ ਆਣਗੀ ਵਿੱਚ ਬੂਟੀ ਇਹਦੇ ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ ਦਿਓ ਜੀ ਪ੍ਰਾਈਜ਼ ਭਾਅ ਜੀ ਦੱਸੋ ਕੀ ਨਿਕਲਿਆ ਬਹੁਤ ਹੀ ਐਕਸਕਲੂਸਿਵ ਪੀਸ ਹੈ ਜੀ ਇਹਦਾ ਆਈਟਮ ਨੰਬਰ 11 ਸਿਰਫ ਅਤੇ ਸਿਰਫ 4500 ਰੁਪਏ ਰੇਟ ਨਿਕਲਿਆ ਜੀ ਨੈਕਸਟ ਚਲੋ ਜੀ ਲਓ ਜੀ ਇੰਡੀਗੋ ਬਲੂ ਕਲਰ ਦੇ ਵਿੱਚ ਇਹ ਵੀ ਆਈਟਮ ਬਹੁਤ ਅੱਛੀ ਸੇਲ ਹੋ ਰਹੀ ਹੈ ਇਹ ਵੀ ਫੁੱਲੀ ਸਟਿਚ ਕੋਨਸੈਪਟ ਹੈ
ਇਹ ਵੀ ਨੀਚੇ ਜਿਹੜਾ ਤੁਹਾਨੂੰ ਦਿਖਾ ਰਿਹਾ ਲੋਅਰ ਜ਼ਾਫੇ ਦੇ ਵਿੱਚ ਆਈ ਵਾਲਾ, ਇਹਦੀ ਕਲੀਆਂ ਮਤਲਬ ਉੱਪਰੋਂ ਜੁਆਇੰਟ ਹੁੰਦੀ ਹੈ ਸਾਰੀ ਕਲੀ, ਅਤੇ ਨੀਚੇ ਤੱਕ ਪਹਿਲਾਂ ਸਾਰੀ ਇੰਬਰਾਇਡਰੀ ਪੂਰੀ ਵਿੱਚ ਰੇਸ਼ਮ ਦਾ ਕੰਮ ਹੈ, ਨਾਲ ਨਾਲ ਸੀਕੁਐਂਸ ਦਾ, ਇਸ ਤਰ੍ਹਾਂ ਹੀ ਹੈਵੀ ਬਾਰਡਰ ਨੀਚੇ ਰੇਸ਼ਮ ਦਾ ਸੀਕੁਐਂਸ ਦਾ ਅਤੇ ਸ਼ੀਟ ਵਰਕ ਦਾ ਪੂਰਾ ਬਾਰਡਰ ਹੈਵੀ ਆ ਗਿਆ। ਉਹਦੇ ਉੱਪਰ ਸ਼ਰਟ ਆਏਗੀ ਪੈਪਲਮ ਦੇ ਵਿੱਚ, ਛੋਟਾ ਮਤਲਬ ਸ਼ਾਰਟ ਦੇ ਵਿੱਚ ਅਨਾਰਕਲੀ ਆਏਗਾ, ਉੱਪਰੋਂ ਨੈਕ 'ਤੇ ਸਾਰੀ ਹੈਂਡ ਵਰਕ, ਕਲੀਆਂ ਦੇ ਵਿੱਚ ਪੂਰੀ ਇੰਬਰਾਇਡਰੀ, ਨੀਚੇ ਪੂਰਾ ਬਾਰਡਰ, ਫਰੰਟ ਐਂਡ ਬੈਕ ਪੂਰੀ ਇੰਬਰਾਇਡਰੀ, ਦੁਪੱਟਾ ਦਿਖਾ ਵੇ ਜੀ। ਹਾਂਜੀ ਡਾਰਕ ਬਲੂ ਕਲਰ ਜੀ, ਇੰਡੀਗੋ ਬਲੂ ਕਲਰ, ਪਿਓਰ ਜੋਰਜੇਟ ਦੀ ਚੁੰਨੀ ਚਾਰੇ ਪਾਸੇ ਸੇਮ, ਉੱਦਾਂ ਹੀ ਬਾਰਡਰ ਇੰਬਰਾਇਡਰੀ ਵਾਲਾ ਵਿੱਚ ਬੂਟੀ ਬਣਾ ਲੈਣੀ। ਲਓ ਜੀ ਆਹ ਲੁੱਕ ਆਏਗੀ, ਇਹ ਰੈਡੀਮੇਡ ਕੋਨਸੈਪਟ ਆ ਸਾਰਾ ਜਿਹੜਾ। ਪ੍ਰਾਈਜ਼ ਬੇਟਾ ਕੀ ਨਿਕਲਿਆ ਅੱਜ ਦੀ ਵੀਡੀਓ ਦੀ? ਆਈਟਮ ਨੰਬਰ 12 ਜੀ, ਪ੍ਰਾਈਜ਼ ਪਏਗਾ 7495 ਰੁਪਏ ਜੀ ਇਹਦਾ। ਨੈਕਸਟ ਚਲੋ ਜੀ, ਲਓ ਜੀ ਜਿਹੜਾ ਨੈਕਸਟ ਕੰਟਰਾਸਟ ਆਇਆ ਕੋਂਬੀਨੇਸ਼ਨ ਕਲਰ ਆਇਆ, ਉਹ ਪਰਪਲ ਕਲਰ ਦੇ ਵਿੱਚ ਹੈ, ਡਾਰਕ ਪਰਪਲ ਕਲਰ ਦੇ ਵਿੱਚ ਪਿਓਰ ਜੋਰਜੇਟ ਦੇ ਵਿੱਚ ਗਰਾਰਾ ਆਏਗਾ ਸਾਰਾ, ਨੀਚੇ ਹੈਵੀ ਇੰਬਰਾਇਡਰੀ, ਇਹ ਟੋਟਲ ਸਾਰਾ ਹੈਂਡਵਰਕ ਹੈ ਜੀ ਇਹਦੇ ਵਿੱਚ, ਕੜਦਾਨੇ ਦਾ ਕੰਮ ਹੈ, ਦਬਕੇ ਦਾ ਕੰਮ ਹੈ, ਹਲਕਾ ਹਲਕਾ ਗੋਟੇ ਪੱਤੀ ਦਾ ਕੰਮ ਹੈ, ਅਤੇ 0 ਨੰਬਰ ਦੀ ਸੀਕੁਐਂਸ ਦਾ ਕੰਮ ਹੈ। ਡਾਰਕ ਜਾਮਨੀ ਕਲਰ ਦੇ ਵਿੱਚ ਗਰਾਰਾ, ਸੇਮ ਕਲਰ ਦੀ ਸ਼ਰਟ, ਉਹਦੇ 'ਤੇ ਪੂਰਾ ਹੈਵੀ ਬਾਰਡਰ ਨੀਚੇ, ਉਹਦੇ 'ਤੇ ਪੂਰੇ ਦੋਨੇ ਪਾਸੇ ਬੂਟੇ ਘੇਰੇ 'ਤੇ ਚਾਕ ਲੈਵਲ ਤੱਕ ਪੂਰੀ ਇੰਬਰਾਇਡਰੀ, ਉਹਦੇ ਉੱਪਰ ਫਿਰ ਨੈਕ 'ਤੇ ਸਾਰਾ ਟੋਟਲ ਹੈਂਡਵਰਕ, ਇਹ ਟੋਟਲ ਹੈਂਡਵਰਕ ਹੈ ਸਾਰਾ ਹੀ ਇਹਦਾ। ਇਸ ਤਰ੍ਹਾਂ ਹੀ ਬਾਜੂ 'ਤੇ ਕੰਮ, ਕਲਰ ਬਹੁਤ ਪਿਆਰਾ ਜਿਹੜਾ, ਡਾਰਕ ਜਾਮਨੀ ਸ਼ਿਫੋਨ ਦੀ ਚੁੰਨੀ ਸਿੰਪਲ। ਦੋ ਜੀ ਪ੍ਰਾਈਸ ਕੀ ਨਿਕਲਿਆ ਇਹਦਾ? ਆਈਟਮ ਨੰਬਰ 13 ਜੀ, ਪ੍ਰਾਈਸ ਪਏਗਾ 8550 ਰੁਪਏ ਜੀ, 8550। ਨੈਕਸਟ ਲਓ ਜੀ, ਲਓ ਜੀ ਇੱਕ ਰੈਡੀਮੇਡ ਦੇ ਵਿੱਚ ਇਹ ਦੇਖੋ ਕੰਸੈਪਟ, ਪੈਪਲਮ ਦੇ ਵਿੱਚ ਹੀ ਨੀਚੇ ਲੋਅਰ ਆਏਗਾ ਸਾਰਾ ਹੀ ਇਸ ਤਰ੍ਹਾਂ, ਇਹ ਗਰਾਰਾ ਆਏਗਾ ਸਾਰਾ ਹੀ ਇਸ ਤਰ੍ਹਾਂ, ਉਹਦੇ ਉੱਪਰ ਪੂਰੀ ਇੰਬਰਾਇਡਰੀ ਹੈ, ਤਿੱਲੇਕਾਰੀ ਦਾ ਕੰਮ, ਸ਼ੀਟ ਦਾ ਕੰਮ, ਉਹਦੇ ਉੱਪਰ ਜਿਹੜਾ ਪੈਪਲਮ ਆਏਗਾ ਚਨੌਨ ਸ਼ਿਫੋਨ ਦੇ ਵਿੱਚ ਪੂਰਾ ਹੈਵੀ ਕੰਮ ਆਏਗਾ ਬਾਡੀ ਦੇ ਉੱਤੇ। ਇਹ ਤੁਹਾਨੂੰ ਜੋ 1300 ਅਬਜੀ ਦਿਖਾ ਰਿਹਾ ਬਿਲਕੁਲ ਅਨਟੱਚ ਕੋਨਸੈਪਟ ਨੇ ਸਾਰੇ ਜਿਹੜੇ, ਬਿਲਕੁਲ ਨਵੇਂ ਆਰਟੀਕਲ ਤੁਹਾਨੂੰ ਸ਼ੋ ਕਰ ਰਹੇ ਹਾਂ। ਲਓ ਜੀ ਨੀਚੇ ਰੱਖੋ ਬੇਟਾ, ਲਓ ਜੀ ਸਾਈਜ਼ ਹੋਈ 38, 40, 42 ਤੱਕ, ਟੋਟਲ ਡਿਜ਼ਾਈਨਰ ਕੋਨਸੈਪਟ, ਦੁਪੱਟਾ ਵੀ ਨਾਲ ਇਹਦੇ ਫੁੱਲ ਇੰਬਰਾਇਡਰਡ, ਜਿਸ ਤਰ੍ਹਾਂ ਨੀਚੇ ਲੋਅਰ 'ਤੇ ਇੰਬਰਾਇਡਰੀ ਹੈ ਉਸ ਤਰ੍ਹਾਂ ਹੀ ਸੇਮ ਦੁਪੱਟਾ, ਲੇਕਿਨ ਦੁਪੱਟੇ ਦਾ ਫੈਬਰਿਕ ਪਿਓਰ ਸ਼ਿਫੋਨ ਦੇ ਉੱਤੇ, ਕਲਰ ਵੀ ਡਿਫਰੈਂਟ ਗ੍ਰੀਨ ਆ ਬੇਟੇ। ਪ੍ਰਾਈਜ਼ ਉਹ ਕੀ ਨਿਕਲਿਆ? ਆਈਟਮ ਨੰਬਰ 14 ਜੀ, ਪ੍ਰਾਈਜ਼ ਪਏਗਾ ਇਹਦਾ 7500 ਰੁਪਏ ਜੀ, 7500। ਉਹ ਜੀ ਅਨੀਤਾ ਡੋਂਗਰੇ ਦੇ ਵਿੱਚ ਇੱਕ ਸੈਕਿੰਡ ਕੋਨਸੈਪਟ ਆਇਆ, ਇਹ ਡਬਲ ਫਲੇਅਰ ਦੇ ਵਿੱਚ ਗਰਾਰਾ ਆਏਗਾ ਸਾਰਾ ਹੀ ਜਿਹੜਾ, ਇੱਕ ਤੇ ਥਾਈ 'ਤੇ ਜੁਆਇੰਟ ਆਉਂਦਾ ਨਾ ਗਰਾਰੇ ਦੇ ਇਸ ਤਰ੍ਹਾਂ, ਫਿਰ ਇੱਕ ਨੀਚੇ ਫਲੇ ਤਾਂ ਆਪਣਾ ਪਿੰਟੈਕਸ ਦੀਆਂ ਫਲਾਵ ਆਪਣਾ ਰੇਬ ਦੇ ਵਿੱਚ, ਨੀਚੇ ਸਾਰਾ ਬਾਰਡਰ ਪ੍ਰਿੰਟਿੰਗ ਦਾ, ਉਹਦੇ 'ਤੇ ਪਰਲ ਦੀ ਲੇਸ ਆਏਗੀ ਸਾਰੀ ਇਸ ਤਰ੍ਹਾਂ। ਇਹ ਗਰਾਰਾ ਚਨੌਨ ਛਪਾਉਣ ਦਾ, ਉਹਦੇ ਉੱਪਰ ਸਾਰੀ ਮੁਕੈਸ਼ ਦੀ ਇੰਬਰਾਇਡਰੀ ਹੈ, ਸ਼ਰਟ ਆਏਗੀ ਪੈਪਲਮ ਦੇ ਵਿੱਚ ਇਸ ਤਰ੍ਹਾਂ, ਬਿਲਕੁਲ ਐਕਸਕਲੂਸਿਵ, ਫਰੰਟ ਬੈਕ ਜਿੰਨਾ ਵੀ ਆਪਣਾ ਪ੍ਰਿੰਟ ਹੈ ਸਾਰਾ ਉਹਨੂੰ ਹਾਈਲਾਈਟ ਕੀਤਾ ਉੱਪਰ ਦੇ ਫਰੰਟ ਦਾ ਬੇਟੇ। ਲਓ ਜੀ ਇਹ ਫਰੰਟ ਦੇ ਉੱਤੇ ਪੂਰੀ ਇੰਬਰਾਇਡਰੀ, ਸਾਰਾ ਹੈਂਡਵਰਕ ਹੈ ਇਹਦੇ 'ਚ, ਇਹ ਡਮੋਂਟਿੰਗ ਦੀ ਇੰਬਰਾਇਡਰੀ ਹੈ, ਡਿਫਰੈਂਟ ਚੀਜ਼ਾਂ ਹੁੰਦੀਆਂ ਜਿਹੜੀਆਂ, ਨਾਲ ਇਸ ਤਰ੍ਹਾਂ ਹੀ ਬਾਜੂ ਦੁਪੱਟਾ ਹੀ ਬੇਟੇ ਸ਼ੋ ਕਰੋ ਜਦੋਂ ਨਾਲ ਇਹਦੇ। ਲਓ ਜੀ ਇਹ ਨਾਲ ਦੁਪੱਟਾ ਫੋਰ ਸਾਈਡ ਦੇ ਵਿੱਚ ਇਸ ਤਰ੍ਹਾਂ ਇਹਦੇ 'ਚ, ਪਿਓਰ ਸ਼ਿਫੋਨ ਦੀ ਚੁੰਨੀ ਚਾਰੇ ਪਾਸੇ ਪ੍ਰਿੰਟਿੰਗ ਦਾ ਬਾਰਡਰ, ਨਾਲ ਨਾਲ ਪਰਤ ਦੀ ਲੇਸ, ਪਿਸਤਾ ਗ੍ਰੀਨ ਕਲਰ, ਕਰੇਪ ਦਾ ਕੋਨਸੈਪਟ ਹੈ, ਚਨੌਨ ਸ਼ਿਫੋਨ ਦਾ ਲੋਅਰ ਹੈ, ਸ਼ਿਫੋਨ ਦੀ ਚੁੰਨੀ ਹੈ। ਆਈਟਮ ਨੰਬਰ 15 ਪ੍ਰਾਈਸ ਪਏਗਾ 8550 ਰੁਪਏ ਜੀ। ਲਓ ਜੀ ਪ੍ਰਿੰਟਿੰਗ ਦੇ ਵਿੱਚ ਆਈਟਮ ਹੈ ਵੀ ਬਹੁਤ ਪਿਆਰੀ ਚੀਜ਼ ਹੈ ਜਿਹੜੀ, ਚਨੌਨ ਸ਼ਿਫੋਨ ਦੇ ਵਿੱਚ ਆਈਟਮ ਆਏਗੀ ਇਸ ਤਰ੍ਹਾਂ। ਇਹ ਡਾਰਕ ਗ੍ਰੀਨਿਸ਼ ਕਲਰ ਆਈ ਵਾਲਾ, ਇਮਰਾਲਡ ਗ੍ਰੀਨ ਦੇ ਵਿੱਚ, ਉਹਦੇ ਉੱਪਰ ਡਿਜੀਟਲ ਪ੍ਰਿੰਟ ਆ ਸਾਰਾ ਚਨੌਨ ਸ਼ਿਫੋਨ ਦੇ ਉੱਤੇ, ਗਰਾਰੇ ਦੇ ਵਿੱਚ ਉਹਦੇ ਉੱਪਰ ਪੈਪਲਮ ਆਏਗਾ ਸਾਰਾ, ਇਹਦੇ 'ਤੇ ਬਿਲਕੁਲ ਹਲਕੀ ਜਿਹੀ ਇੰਬਰਾਇਡਰੀ ਹੈ, ਸਟੋਨ ਲੱਗੇ ਨੇ ਸਾਰੇ ਚੈਰੀ ਕਲਰ 'ਤੇ ਗੋਲਡਨ ਦੇ ਨਾਲ, ਗੋਟੇ ਪੱਤੀ ਦਾ ਨਾਲ ਦਬਕੇ ਦਾ ਕੰਮ ਹੈ ਇਸ ਤਰ੍ਹਾਂ ਜੀ। ਇਹ ਪੈਪਲਮ ਆਏਗਾ ਨਾਲ, ਰੇਪ ਸਲੀਵਸ ਆਣਗੀਆਂ ਇਸ ਤਰ੍ਹਾਂ, ਬੈਕ 'ਤੇ ਸਾਰੀ ਪਲੇਟਸ ਆਣਗੀਆਂ ਇਹਦੇ। ਦੁਪੱਟਾ ਖੋਲੋ ਬੇਟਾ, ਦੁਪੱਟਾ ਸੇਮ ਆਏਗਾ ਲੇਕਿਨ ਉਹਦੇ ਚਾਰੇ ਪਾਸੇ ਡੋਰੀ ਪਾਈਪਿੰਗ ਆਏਗੀ ਟਿਸ਼ੂ ਦੀ, ਬਾਰਡਰ ਲੈਸ ਬਣੇ ਇਹਦਾ। ਲਓ ਜੀ ਪ੍ਰਾਈਜ਼ ਬੇਟਾ ਕੀ ਨਿਕਲਿਆ ਅੱਜ ਦੀ ਵੀਡੀਓ ਦੀ? ਆਈਟਮ ਨੰਬਰ ਇਹ 16 ਜੀ, ਪ੍ਰਾਈਜ਼ ਇਹਦਾ ਪਏਗਾ ਆਪਣਾ 6450 ਰੁਪਏ ਜੀ, 6450।
ਉਹ ਜੀ ਪੀਚ ਕਲਰ ਦੇ ਵਿੱਚ, ਇਹ ਵੀ ਰੈਡੀਮੇਡ ਦੇ ਵਿੱਚ ਸਕਰਟ ਆਈ ਹੈ, ਬਹੁਤ ਪਿਆਰਾ ਕਨਸੈਪਟ ਹੈ, ਪੂਰੀ ਇੰਬਰਾਇਡਰੀ ਹੈ ਨੀਚੇ ਬਾਰਡਰ ਦੇ ਉੱਤੇ ਸਕਰਟ ਦੇ, ਨੀਚੇ ਮੈਰੂਨ ਕਲਰ ਦੀ ਪੇਸਟਿੰਗ ਪਾਈਪਿੰਗ ਹੈ, ਪੀਚ ਕਲਰ ਦੇ ਉੱਤੇ ਪੀਚ ਇੰਬਰਾਇਡਰੀ ਸਾਰੀ, ਟੋਟਲ ਤਿੱਲੇ ਦਾ ਕੰਮ ਹੈ, ਰੇਸ਼ਮ ਦਾ ਕੰਮ ਹੈ, 0 ਨੰਬਰ ਦੇ ਸ਼ੀਸ਼ੇ ਦਾ ਕੰਮ ਹੈ। ਲਓ ਜੀ ਇਹ ਸਕਰਟ ਆਏਗੀ ਸਾਰੀ ਕਲੀਆਂ ਵਾਲੀ, ਸ਼ਰਟ ਆਏਗੀ ਇਹਦੇ 'ਚ ਇਸ ਤਰ੍ਹਾਂ ਅਨਾਰਕਲੀ ਦੇ ਵਿੱਚ, ਸ਼ੋਰਟ ਅਨਾਰਕਲੀ ਦੇ ਵਿੱਚ, ਉੱਪਰ ਹਲਕਾ ਜਿਹਾ ਨੈਕ 'ਤੇ ਰਾਊਂਡਿੰਗ ਇੰਬਰਾਇਡਰੀ ਆਏਗੀ, ਨੀਚੇ ਸਾਰਾ ਬਾਰਡਰ ਆਏਗਾ ਚਿਕਨਕਾਰੀ ਦੇ ਵਿੱਚ, ਅਤੇ ਨਾਲ ਇਹਦੇ ਕਲੀਆਂ ਆਉਣਗੀਆਂ। ਫਰੰਟ ਐਂਡ ਬੈਕ ਸੇਮ ਹੈ ਜੀ ਇਹਦੀ, ਮਤਲਬ ਇਹ ਚੀਜ਼ਾਂ ਬਾਜ਼ਾਰ ਦੇ ਵਿੱਚ ਤੁਹਾਨੂੰ 12-12, 13-13 ਹਜ਼ਾਰ 'ਚ ਵੀ ਮਿਲ ਰਹੇ, ਲੇਕਿਨ ਸਾਡੇ ਕੋਲ ਬਹੁਤ ਐਕਸਕਲੂਸਿਵ ਰੀਜ਼ਨੇਬਲ। ਦਿਓ ਜੀ ਬੇਟਾ ਦੁਪੱਟਾ ਦਾ ਹੋਵੇ ਨਾਲ, ਇਹਦੇ ਕੰਟਰਾਸਟ ਦੁਪੱਟਾ ਪੀਚ ਦੇ ਨਾਲ ਮੈਰੂਨ ਕਲਰ ਦਾ, ਲਓ ਜੀ ਇਹ ਲੁੱਕ ਆਏਗੀ ਪੂਰੇ ਕੋਨਸੈਪਟ ਦੀ। ਆਪਣਾ ਦਿਓ ਜੀ ਬੇਟਾ, ਆਪਣਾ ਇਹਦਾ ਆਈਟਮ ਨੰਬਰ 17 ਜੀ, ਪ੍ਰਾਈਜ਼ ਪਏਗਾ 7800, 7800 ਰੁਪਏ ਸਿਰਫ। ਲਓ ਜੀ ਰੈਡੀਮੇਡ ਪਿਓਰ ਚਨੌਨ ਸ਼ਿਫੋਨ ਦੇ ਵਿੱਚ ਆਈਟਮ ਆਈ ਆ, ਬਿਲਕੁਲ ਡਿਫਰੈਂਟ ਕੰਮ ਹੈ, ਸਾਰਾ ਘੜਦਾਨੇ ਦਾ ਕੰਮ ਹੈ 0 ਨੰਬਰ ਦਾ, ਅਤੇ ਨਾਲ ਨਾਲ ਇਹਦੇ ਵਿੱਚ ਕਲਰ ਸੀਕੁਐਂਸ ਦਾ ਕੰਮ ਹੈ, ਹਲਕਾ ਜਿਹੇ ਵਿੱਚ ਰੇਸ਼ਮ ਦੇ ਨਾਲ ਇਸ ਤਰ੍ਹਾਂ ਘੜਦਾਨੇ ਦਾ ਕੰਮ ਹੈ, ਕ੍ਰੋਸ ਨਾਲ ਚੈੱਕ ਦਿੱਤੇ ਸਾਰੇ ਇਸ ਤਰ੍ਹਾਂ ਹੀ। ਪੂਰੀ ਸ਼ਰਟ ਦਾ ਫਰੰਟ ਬਾਜ਼ੂ ਉੱਤੇ ਪੂਰਾ ਜਾਲ ਇੰਬਰਾਇਡਰੀ ਦਾ, ਨੀਚੇ ਲੋਅਰ ਪਿਓਰ ਚਨੌਨ ਸ਼ਿਫੋਨ ਦਾ, ਇਹ ਵੀ ਰੈਡੀ ਟੂ ਵੇਅਰ ਕੋਨਸੈਪਟ ਹੈ, ਕੋਰਲ ਰੈੱਡ ਕਲਰ ਹੈ ਜਿਹੜਾ ਦੁਪੱਟਾ, ਸਿੰਪਲ ਸ਼ਿਫੋਨ ਦਾ। ਆਹ ਲੋਕ ਪੂਰੇ ਆਰਟੀਕਲ ਦੀ ਆਏਗੀ, ਦਿਓ ਜੀ ਪ੍ਰਾਈਸ ਕੀ ਹੈ, ਆਈਟਮ ਨੰਬਰ 18 ਪ੍ਰਾਈਸ ਪਏਗਾ ਸਿਰਫ ਅਤੇ ਸਿਰਫ 5370 ਰੁਪਏ ਜੀ। ਲਓ ਜੀ ਕਿਹਾ ਵੀ ਚੀਜ਼ ਬਹੁਤ ਪਿਆਰੀ ਹੈ, ਰੈਡੀ ਟੂ ਵੇਅਰ ਦੇ ਵਿੱਚ ਹੀ ਹੈ, ਬਹੁਤ ਅੱਛਾ ਸੇਲ ਹੋ ਰਿਹਾ ਇੰਨੇ 'ਚ ਨਾ। ਆਪਣਾ ਅਨਾਰਕਲੀ ਦੇ ਨਾਲ ਨੀਚੇ ਜਿਹੜਾ ਪਲਾਜ਼ੋ ਲੇਟੈਸਟ ਚੱਲ ਰਿਹਾ ਇਸ ਟਾਈਮ, ਸ਼ੋਰਟ ਅਨਾਰਕਲੀ, ਉਹਦੇ ਨਾਲ ਪਲਾਜ਼ੋ ਬਲੂ ਕਲਰ, ਇੰਡੀਗੋ ਬਲੂ ਕਲਰ, ਗੋਟੇ ਦੀ ਪੂਰੀ ਇੰਬਰਾਇਡਰੀ ਨੀਚੇ, ਸਾਰਾ ਹੈਂਡਵਰਕ ਹੈ, ਓਰਿਜਨਲ ਗੋਟੇ ਦਾ ਕੰਮ ਹੈ, ਲੈਦਰ ਪੱਤੀ ਦਾ ਕੰਮ ਹੈ ਸਾਰਾ ਇਸ ਦਾ, ਪਿਓਰ ਚਨੌਨ ਸ਼ਿਫੋਨ ਦੇ ਉੱਤੇ। ਪਲਾਜ਼ੋ ਆਏਗਾ ਕਲੀਆਂ ਵਾਲਾ, ਉੱਪਰ ਆਏਗਾ ਨਾਰਕਲੀ ਇਸ ਤਰ੍ਹਾਂ ਸ਼ੋਰਟ ਦੇ ਵਿੱਚ ਆ, ਦੇਖੋ ਇਹ ਸਾਰਾ ਕਲੀਆਂ ਨੇ, ਉੱਪਰ ਸ਼ੋਲਡਰ ਤੋਂ ਕਲੀ ਆਉਂਦੀ ਨੀਚੇ ਤੱਕ, ਪੂਰਾ ਫਰੰਟ ਵੀ ਹੈ, ਬੈਕ 'ਤੇ ਬਾਰਡਰ ਆਏਗਾ, ਨੈਕ ਸੈਟਿੰਗ ਆਏਗੀ, ਫੁੱਲ ਬਾਜ਼ੂ ਆਣ ਕੇ ਦੁਪੱਟਾ ਖੁੱਲ੍ਹ ਬੈਠੇ ਜਿਹੜਾ, ਫੋਰ ਸਾਈਡ ਦੁਪੱਟੇ 'ਤੇ ਲੇਸ ਆਏਗੀ, ਔਰ ਲੈਂਥ ਵਾਲੀ ਸਾਈਡ 'ਤੇ ਵਨ ਸਾਈਡ ਪੂਰੀ ਇੰਬਰਾਇਡਰੀ ਆਏਗੀ ਇਸ ਦਾ। ਦਿਓ ਜੀ ਪ੍ਰਾਈਸ ਕੀ ਹੈ, ਆਈਟਮ ਨੰਬਰ ਹੈ ਅੱਜ ਦੀ ਵੀਡੀਓ ਦੀ 19 ਪ੍ਰਾਈਸ ਪਏਗਾ 8420। ਚਲੋ ਨੈਕਸਟ ਜੀ। ਲਓ ਜੀ ਮਸਟਰਡ ਕਲਰ ਦੇ ਵਿੱਚ ਕੋਨਸੈਪਟ ਆਇਆ ਇਸ ਤਰ੍ਹਾਂ, ਯਮ ਸੂਟ ਦੇ ਵਿੱਚ ਪਿਓਰ ਜਾਰਜਟ ਦੇ ਉੱਤੇ, ਉਹਦੇ 'ਤੇ ਸਾਰੀ ਡਿਜੀਟਲ ਪ੍ਰਿੰਟਿੰਗ, ਉਹਦੇ ਉੱਪਰ ਬਾਡੀ 'ਤੇ ਜਿੰਨਾ ਪ੍ਰਿੰਟ ਆ ਸਾਰਾ ਹਾਈਲਾਈਟ ਕੀਤਾ ਯਮ ਸੂਟ ਦੇ ਵਿੱਚ ਇਸ ਤਰ੍ਹਾਂ, ਤਿੱਲੇ ਦਾ ਕੰਮ ਹੈ, ਸਿੱਪੀ ਦਾ, ਪਾਇਲ ਦਾ, ਬਿੱਟੇ ਵਰਗ ਦਾ, ਸਾਈਜ਼ ਹੋਈ 38-40, ਬੈਕ ਦੇ ਉੱਤੇ ਜ਼ਿੱਪਰ ਆਏਗਾ, ਸੈਂਟਰ ਦੇ ਵਿੱਚ ਔਰਗੈਂਜ਼ਾ ਦੀ ਪੇਸਟਿੰਗ ਆਏਗੀ, ਇਹ ਵਿਦਾਊਟ ਦੁਪੱਟਾ ਕੰਸੈਪਟ ਹੁੰਦੇ ਨੇ ਯਮ ਸੂਟ। ਦਿਓ ਜੀ ਪ੍ਰਾਈਸ ਕੀ ਹੈ, ਆਈਟਮ ਨੰਬਰ ਅੱਜ ਦੀ ਵੀਡੀਓ ਦੀ ਇਹ 20 ਹੈ, ਪ੍ਰਾਈਸ ਪਏਗਾ 4950। ਲਓ ਜੀ ਇਹ ਤਾਂ ਮੈਂ ਦਿਖਾਇਆ ਚ ਤਕਰੀਬਨ 20 ਪੀਸ ਰੈਡੀਮੇਡ ਸੀਗੇ, ਕੁਛ ਸੀਗੇ ਸੈਮੀ ਸਟਿਚ। ਨੰਬਰ ਤੁਸੀਂ ਇੱਕ ਵਾਰੀ ਫੇਰ ਨੋਟ ਕਰ ਲਓ, ਇਹ 3 ਨੰਬਰ ਸਾਡੇ ਸਟੋਰ ਦੇ, 3 'ਤੇ ਵਟਸਐਪ ਚੱਲਦਾ, ਤੁਹਾਨੂੰ ਜੋ ਜੋ ਚੰਗਾ ਲੱਗਦਾ ਪਿਕ ਭੇਜ ਕੇ ਆਪਣੇ ਪੀਸ ਤੁਸੀਂ ਫਾਈਨਲ ਕਰ ਸਕਦੇ ਹੋ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ ਜੀ।